ਯਾਂ ਸੀ ਇਹ ਹੈਗੀ ਆ ਲਵਲਾਨ ਸ਼ਹਿਰ ਆ ਲਵਲਾਨ ਕੰਟਰੀ ਆ ਬਹਿਰੂਦ ਇਹਦਾ ਸ਼ਹਿਰ ਆ ਇਹ ਜੇਲ੍ਹ ਦੀ ਵੀਡੀਓ ਆ ਬਾਈ ਜੀ ਇਹ ਅਸੀਂ ਜੀ ਇਹ ਮੁੰਡੇ ਜਿੰਨੇ ਵੀ ਅਸੀਂ 23 ਜਣੇ ਇਸ ਰੂਮ ਦੇ ਵਿੱਚ ਫਸੇ ਹੋਏ ਆਂਗੇ ਤਕਰੀਬਨ 6 ਮਹੀਨੇ ਦੇ ਉੱਤੋਂ 6 ਮਹੀਨੇ ਸਾਡੀ ਨਾ ਤਾਂ ਕੋਈ ਸੁਣਵਾਈ ਕਰ ਰਿਹਾ ਠੀਕ ਹੈ ਨਾ ਹੀ ਸਾਡੇ ਕੋਲ ਐਂਬੈਸੀ ਆ ਰਹੀ ਹੈ ਅਤੇ ਇਹਦੇ ਕਰਕੇ ਅਸੀਂ ਮਸਲੇ ਦੇ ਵਿੱਚ ਵੀਰ ਭਰਾ ਫਸੇ ਹੋਏ ਆ ਅਤੇ ਘਰਾਂ ਦੇ ਵਿੱਚ ਤੁਹਾਨੂੰ ਵੀ ਪਤਾ ਬਈ ਬਹੁਤ ਮੁਸ਼ਕਲਾਂ ਆਉਂਦੀਆਂ ਅਤੇ 6 ਮਹੀਨੇ ਤਾਂ ਇਹਨਾਂ ਨੇ ਇੱਕ ਵਾਰੀ ਵੀ ਐਂਬੈਸੀ ਨੇ ਸਾਡਾ ਕੋਈ ਸਾਥ ਨਹੀਂ ਦਿੱਤਾ ਸਾਡੇ ਡੇਲੀ ਤਾਂ ਇੱਥੇ ਕੁੱਟ ਪੈਂਦੀ ਆ ਠੀਕ ਹੈ ਅਤੇ ਬਾਕੀ ਆ ਬਾਈ ਦੱਸ ਹੀ ਦੂਗਾ ਅਸੀਂ ਐਂਬੈਸੀ ਵੀ ਜਾ ਕੇ ਆਏ ਇੰਡੀਆ ਐਂਬੈਸੀ ਦੇ ਵਿੱਚ ਜਿੱਥੇ ਕਿ ਸਾਨੂੰ 1-1 ਲੱਖ ਰੁਪਏ ਦੀ ਡਿਮਾਂਡ ਦਿੱਤੀ ਜਿੰਨੇ ਬੰਦੇ ਸਾਰੇ 1-1 ਲੱਖ ਰੁਪਿਆ ਬਾਹਰ ਦੇ ਕੇ ਆਏ ਇੱਥੇ ਹੁਣ ਜਿਹੜਾ ਬਾਹਰ ਹੈ ਗੁਰਦੁਆਰੇ ਦਾ ਗ੍ਰੰਥੀ ਇੱਥੇ ਡੌਣ ਸਿਆਰ ਪੈਂਦਾ ਬਾਬਾ ਮਨਜੀਤ ਜਿੰਨੇ ਕਿ 50-50 ਹਜ਼ਾਰ ਰੁਪਿਆ ਇੰਡੀਆ ਦਾ ਲੈ ਕੇ ਕਿ ਸਾਨੂੰ ਇੱਥੇ ਜੇਲ੍ਹ ਦੇ ਵਿੱਚ ਕਰਾਇਆ ਐਂਬੈਸੀ ਵਾਲੇ ਨਾਲ ਰਲ ਕੇ ਹੁਣ ਇੱਥੇ ਫਿਰ ਸਾਨੂੰ 1-1 ਲੱਖ ਰੁਪਏ ਦੀ ਡਿਮਾਂਡ ਰੱਖੀ ਗਈ ਕਿ 1-1 ਲੱਖ ਰੁਪਇਆ ਦੋ ਫਿਰ ਤੁਹਾਨੂੰ ਇੰਡੀਆ ਚੜ੍ਹਾਵਾਂ ਕਿ ਜਿਹੜੀ ਖਬਰ ਇੰਡੀਆ ਦੇ ਵਿੱਚ 27 ਤਰੀਕ ਨੂੰ ਜਹਾਜ਼ ਦੀ ਆ ਰਹੀ ਹੈ ਉਹ ਅਸੀਂ ਸਾਰੇ ਇੱਥੇ ਬੈਠੇ ਹੋਏ ਹਾਂ ਬਾਹਰੋਂ ਪੈਸੇ ਲੈ ਕੇ ਉਹਨਾਂ ਨੇ ਬਾਹਰਲੇ ਬੰਦੇ ਲਵਲਾਨ ਦੇ ਵਿੱਚੋਂ ਕੱਢ ਦਿੱਤੇ ਅਸੀਂ 51 ਬੰਦੇ ਹਾਂ ਇਸ ਟਾਈਮ 23 ਬੰਦੇ ਇਸ ਰੂਮ ਦੇ ਵਿੱਚ ਹੈ ਬਾਕੀ ਉੱਧਰ ਹੈ ਕਿ ਸਾਨੂੰ ਡੇਲੀ ਕੁੱਟ ਪੈਂਦੀ ਡੇਲੀ ਕੁੱਟਦੇ ਆ ਮਾਰਦੇ ਆ ਜੇ ਅਸੀਂ ਇੰਡੀਆ ਦਾ ਕਹੀਏ ਕਿ ਮੁੜ ਕੇ ਸਵੇਰ ਨੂੰ ਕੁੱਟ ਪੈਂਦੀ ਹੈ ਅਸੀਂ ਐਂਬੈਸੀ ਵਾਲੇ ਨੂੰ ਫੋਨ ਕਰੀਏ ਕਿ ਸਾਨੂੰ ਇੰਡੀਆ ਚੜ੍ਹਾਓ ਅਸੀਂ ਰੋਟੀ ਦੀ ਵੀ ਸਟ੍ਰੈਕ ਕੀਤੀ ਰੋਟੀ ਨਹੀਂ ਖਾਧੀ 2 ਦਿਨ ਸਾਡੇ ਸਾਨੂੰ ਐਂਬੈਸੀ ਨੇ ਇੰਨੀ ਗੱਲ ਕਹੀ ਸਾਡੇ ਨੂੰ ਮਰਨਾ ਮਰ ਜੂ ਕੋਈ ਬਾਂਹ ਨਹੀਂ ਫੜਦਾ ਕਹਿੰਦੇ 1-1 ਲੱਖ ਰੁਪਇਆ ਦਿਓ ਫਿਰ ਤੁਹਾਨੂੰ ਇੰਡੀਆ ਚੜ੍ਹਾਉਣਾ ਸਾਡੇ ਨੂੰ ਮਰ ਜਾਓ ਫੂਕੇ ਜਾਓ ਕੁਝ ਕਰ ਲਓ ਅੱਗ ਲਾਓ ਕਿ ਸਾਨੂੰ ਇੱਥੇ ਜੇ ਕਿਸੇ ਨੂੰ ਕੁਝ ਹੋ ਗਿਆ ਸਾਡੀ ਇੱਥੇ ਐਂਬੈਸੀ ਜ਼ਿੰਮੇਵਾਰ ਹੋਊਗੀ ਜਾਂ ਬਾਬਾ ਮਨਜੀਤ ਜ਼ਿੰਮੇਵਾਰ ਹੋਊਗਾ ਕਿ ਜਿਹਨੇ 50-50 ਲੱਖ ਰੁਪਇਆ ਲੈ ਕੇ ਬਾਹਰੋਂ 50,000 ਦੀ ਟਿਕਟ ਲੈ ਕੇ ਬੰਦਿਆਂ ਨੂੰ ਬਾਹਰੋਂ ਉਹਨੇ ਚੜ੍ਹਾਇਆ ਸਾਰਿਆਂ ਨੇ ਪੈਸੇ ਖਾਧੇ ਰਲ ਮਿਲ ਕੇ ਐਂਬੈਸੀ ਕੋਈ ਸਾਡਾ ਸਾਥ ਨਹੀਂ ਫੜਦੀ ਠੀਕ ਹੈ ਅਸੀਂ ਕੱਲ੍ਹ ਨੂੰ ਲੱਗੇ ਹਾਂ ਉਰੇ ਅੱਗ ਲਾਉਣ ਅਤੇ ਕੱਲ੍ਹ ਨੂੰ ਕੋਈ ਸਾਡਾ ਨੁਕਸਾਨ ਹੋਊਗਾ ਜਾਂ ਕੋਈ ਸਾਡੇ 'ਚੋਂ ਵੀਰੇ ਮਰ ਗਿਆ ਸਾਡੀ ਐਂਬੈਸੀ ਅਤੇ ਇੱਕ ਆ ਬਾਬਾ ਮਨਜੀਦਾ ਜ਼ਿੰਮੇਵਾਰ ਹੋ ਅਤੇ ਵੀਰੇ ਆਹ ਮੁੱਦੇ 'ਤੇ ਵੀਡੀਓ ਬਣਾਈ ਹੈ 6-6 ਮਹੀਨੇ ਹੋ ਜਾਂਦੇ 6-6 ਮਹੀਨੇ ਹੋ ਗਏ ਵੀਰੇ ਫਸੇ ਸਾਰੇ ਪੈਸਿਆਂ ਤੋਂ ਦੁਖੀ ਆ ਇੱਥੇ ਕੋਈ ਪੈਸਾ ਨਹੀਂ ਆਉਂਦਾ ਕੋਈ ਕੱਖ ਨਹੀਂ ਆਉਂਦਾ ਨਾ ਵੀਰੇ ਕੋਈ ਰੋਟੀ ਪਾਣੀ ਉਰੇ ਚੱਜ ਦਾ ਨਾ ਲੈਣਾ ਨਾ ਦੇਣਾ ਸਾਨੂੰ ਵੀਰ ਜੀ ਇੱਥੇ ਬਹੁਤ ਟਾਈਮ ਹੋ ਗਿਆ ਜ਼ਿਆਦਾ 6 ਮਹੀਨੇ ਤੋਂ ਹਰ ਇੱਕ ਨੂੰ ਆਪੋ ਆਪਣੇ ਤੁਸੀਂ ਘਰ ਵਿੱਚ ਜਾਈਏ 6 ਮਹੀਨੇ ਹੋ ਗਿਆ ਕਿਸੇ ਨੂੰ ਕੋਈ ਰੋਟੀ ਨਹੀਂ ਕਿਸੇ ਨੂੰ ਪਾਣੀ ਨਹੀਂ ਅਸੀਂ ਤਾਂ ਬਹੁਤ ਦੁਖੀ ਬੈਠੇ ਇੱਥੇ ਬਾਹਰ ਇੱਕ ਨੂੰ ਪਰਿਵਾਰ ਵਿੱਚ ਮਿਲਦੀ ਬਹੁਤ ਜੀ ਕਰਦਾ ਪਰ ਸਾਡੀ ਇੱਕ ਸੁਣਵਾਈ ਨਹੀਂ ਸੁਣਦੇ ਇੱਥੋਂ ਤੱਕ ਵੀ ਬਾਹਰੋਂ ਵੀ ਗਏ ਤਿਆਰ ਗੱਡ ਗਿਆ ਜਹਾਜ਼ ਇੰਨਾ ਕੋਈ ਸਾਡੀ ਬਾਹ ਨਹੀਂ ਕੀਤੀ ਸਾਨੂੰ $1,000 ਕਹਿੰਦੇ ਸੀ ਕਿੱਥੋਂ ਦੀ 6-6 ਮਹੀਨੇ ਹੋ ਗਏ ਅੱਛਾ ਰੋਟੀ ਪਾਣੀ ਤੋਂ ਅਸੀਂ ਤੰਗ ਬੈਠੇ ਹਾਂ ਜੇ ਸ਼ਾਮ ਨੂੰ ਜਾਈਦਾ ਸਵੇਰੇ ਜਾਈਦਾ ਸਾਨੂੰ ਧੱਕੇ ਮਾਰਦੇ ਆ ਨਾ ਜੇ ਰੋਟੀ ਮਿਲਦੀ ਕਿਸੇ ਨੂੰ ਨਾ ਕੋਈ ਗੱਲ ਨਾ ਸਾਡੇ ਇੱਕੋ ਹੀ ਅਪੀਲ ਆ ਬਈ ਇਹਦੇ ਨੰਬਰ ਸਾਡੀ ਮੈਸੇਜ ਨੂੰ ਜੇ ਅਸੀਂ ਕੋਈ ਵੀ ਗੱਲਬਾਤ ਸਾਡੇ 'ਚੋਂ ਕਿਸੇ ਨੂੰ ਸਾਡੀ ਮੈਸੇਜ ਜ਼ਿੰਮੇਵਾਰ ਆ ਮਨਜੀਤ ਬਾਬਾ ਜ਼ਿੰਮੇਵਾਰ ਆ ਇਸ ਕਰਕੇ ਅਸੀਂ ਇੱਕ ਆਪਣੀ ਗਵਰਨਮੈਂਟ ਨੂੰ ਅਪੀਲ ਕਰਦੇ ਹਾਂ ਕਿ ਸਾਡੀ ਸਿਹਤ ਬਾਂਹ ਫੜੀ ਜਾਵੇ ਸਾਨੂੰ ਇੱਥੋਂ ਕੱਢਿਆ ਜਾਵੇ ਅਸੀਂ ਆਪਦੇ ਬਹੁਤ ਧੰਨਵਾਦੀ ਹੋਵਾਂਗੇ ਆਹ ਦੇਖ ਲਓ ਜੀ ਇੱਥੇ ਨਾ ਮਤਲਬ ਕਿ ਤਰੀਕਾਂ ਸਾਡੀਆਂ ਲਿਖੀਆਂ ਹੋਈਆਂ ਜਿਹੜੀਆਂ ਆਏ ਸੀ ਅਸੀਂ ਅਤੇ ਆਹ ਦੇਖ ਲਓ ਇਹਨਾਂ ਦਾ ਮਤਲਬ ਕਿ 5/3/2020 ਨੂੰ ਆਇਆ ਸੀ ਮੁੰਡਾ ਇੱਥੇ ਅਤੇ ਆਊਟ ਦੀ ਤਰੀਕ ਨਹੀਂ ਹਾਲੇ ਤੱਕ ਅਸੀਂ ਮਤਲਬ ਲੈ ਸਕੇ ਸਾਨੂੰ ਇੱਥੇ ਵੇਖ ਲਓ ਤੁਸੀਂ ਆਪ ਹੀ ਕਿੰਨਾ ਕਿੰਨਾ ਟਾਈਮ ਹੋ ਚੁੱਕਿਆ ਗਾ ਇੱਧਰ ਵੀ ਆਹ ਦੇਖ ਲਓ ਕਿੰਨੀਆਂ ਕਿੰਨੀਆਂ ਤਰੀਕਾਂ ਲਿਖੀਆਂ ਹੋਈਆਂ ਕੰਧਾਂ ਭਰੀਆਂ ਹੋਈਆਂ ਮੁੰਡਿਆਂ ਦੀਆਂ ਕੋਈ ਇੱਥੇ ਸੁਣਵਾਈ ਨਹੀਂ ਕਰ ਰਿਹਾ ਕੁਛ ਨਹੀਂ ਕਰ ਰਿਹਾ ਭਾਅ ਜੀ ਠੀਕ ਹੈ ਵੱਧ ਤੋਂ ਵੱਧ ਆ ਜਿਹੜੀ ਵੀਡੀਓ ਇਹ ਮਤਲਬ ਕਿ ਸਾਡੀ ਮਦਦ ਕੀਤੀ ਜਾਵੇ ਦੇਖ ਕੇ ਤਾਂ ਜੋ ਅਸੀਂ ਆਪਦੇ ਇੰਡੀਆ ਪਰਿਵਾਰ ਨੂੰ ਮਿਲ ਸਕੀਏ ਬਈ ਸਾਰਿਆਂ ਬਹੁਤ ਧੰਨਵਾਦੀ ਹੋਣਗੇ ਆਹ ਵੀਡੀਓ ਵੱਧ ਤੋਂ ਵੱਧ ਮੇਰਾ ਭਰਾ ਗਰੁੱਪ ਆ ਸ਼ੇਅਰ ਕਰਿਓ ਜਿੰਨਾ ਹੋ ਸਕੇ ਮੇਰਾ ਭਰਾ ਇੱਥੇ 51 ਬੰਦੇ ਫਸੇ ਹੋਏ ਆ ਬਾਹਰੋਂ 51 ਤੋਂ ਇਲਾਵਾ ਬਾਹਰੋਂ ਬੰਦਿਆਂ ਦੀ ਪੈਸੇ ਲੈ ਕੇ ਬਾਹਰੋਂ ਬੰਦਿਆਂ ਤੋਂ ਬਾਹਰੋਂ ਬੰਦੇ ਚੜ੍ਹਾ ਰਹੇ ਆ ਸਾਡੇ ਤੋਂ ਪਤਾ ਨਹੀਂ ਕਿੰਨਾ ਅਸੀਂ ਦੁਖੀ ਹਾਂ ਇੱਥੇ ਬਹੁਤ ਰੋਟੀ ਪਾਣੀ ਤੋਂ ਵੀ ਹਰ ਪਾਸਿਓਂ ਦੁਖੀ ਹਾਂ ਬੱਚਿਆਂ ਇੱਥੇ ਤਾਂ ਸਾਡੇ ਤੋਂ ਪੈਸੇ ਵੀ ਮੰਗਦੇ ਆ ਸਾਡੇ ਹੁਣ ਬੱਚਿਆਂ ਦਾ ਕੌਣ ਵਾਲੀ ਵਾਰਸ ਹੋਊਗਾ ਉੱਥੇ ਵੀ ਅਸੀਂ ਕਿੰਨੇ ਮਹੀਨੇ ਹੋ ਗਏ ਪੈਸੇ ਨਹੀਂ ਪਾਏ ਉਹਨਾਂ ਦਾ ਕਿੱਦਾਂ ਉਹਨਾਂ ਦਾ ਸਰਦਾ ਹੋਊਗਾ ਇਸ ਇਹਦੀ ਜ਼ਿੰਮੇਵਾਰ ਬਾਬਾ ਮਨਜੀਤ ਅਤੇ ਐਂਬੈਸੀ ਹੋਊਗੀ ਜੇ ਸਾਨੂੰ ਕੁਛ ਹੋ ਜਾਵੇ ਅਸੀਂ ਅੱਗ ਲਾ ਲਈਏ ਕੁਛ ਵੀ ਹੋ ਗਿਆ ਸਾਨੂੰ ਇਹਦੀ ਜ਼ਿੰਮੇਵਾਰ ਉਹ ਹੀ ਆ ਇਹ ਸਾਨੂੰ ਜੇਲ੍ਹ 'ਚ ਪਹੁੰਚਾਉਣ ਵਾਲੀ ਵੀ ਐਂਬੈਸੀ ਦਾ ਹੀ ਹੱਥ ਹੈ ਕਿ ਇਹ ਸਾਨੂੰ ਕਹਿੰਦੇ ਸੀ ਕਿ ਤੁਸੀਂ 15 ਦਿਨਾਂ ਦੇ ਵਿੱਚ ਮਤਲਬ ਕਿ ਇੰਡੀਆ ਵੀ ਚਲੋ ਆਪਦੇ ਚਲੇ ਜਾਓਗੇ 22 ਦਿਨਾਂ ਦਾ ਪ੍ਰੋਸੀਜਰ ਹੁੰਦਾ ਵੀ 22 ਦਿਨਾਂ ਦੇ ਵਿੱਚ ਇਹਨਾਂ ਨੇ ਅਮਰ ਨਾਮ ਨੇ ਚਾੜ੍ਹਨਾ ਹੁੰਦਾ ਸਾਨੂੰ ਸਾਡੇ ਵੀਰੇ ਸਾਰੇ ਕਾਗਜ਼ ਪੱਤਰ ਸਾਡੇ ਸਾਰਾ ਕੁਝ ਸਾਨੂੰ 6-6 ਮਹੀਨੇ ਹੋ ਗਏ ਟਿਕਟਾਂ ਸਾਰਾ ਕੁਝ ਮਾਲ ਪੋਵਰ ਤੇ ਆਂ ਦਾਰ ਕੇ ਵੀਰੇ ਸਾਨੂੰ ਫਿਰ ਵੀ ਨਹੀਂ ਚੜਾ ਰਹੇ ਨਾ ਕੋਈ ਰਾਹ ਦੇ ਰਹੇ ਨਾ ਕੋਈ ਪਾਸ ਭਾਈ ਦੱਸ ਵੀਰੇ ਕਿੱਥੇ ਜਾਈਏ ਠੀਕ ਆ
ਸਾਡੇ ਜਿੰਨੀਆਂ ਕੰਪਨੀਆਂ ਵਾਲੇ ਆ ਸਾਰਿਆਂ ਨੇ ਪੈਸੇ ਦੇ ਕੇ ਟਿਕਟਾਂ ਦੇ ਪੈਸੇ ਇੱਥੇ ਦੇ ਕੇ ਪਰ ਇਹ ਐਂਬੈਸੀ ਹੈ ਕਿ ਜਿਹੜੇ ਬਾਹਰ ਪੈਸੇ ਖਾ ਖਾ ਕੇ ਦੂਜੇ ਬੰਦੇ ਵੀ ਪਤਾ ਲੱਗਾ ਵੀ 10 ਤਰੀਕ ਨੂੰ ਇੱਥੇ ਪਲੈਨ ਆ ਰਿਹਾ ਸਾਡੀ ਕੋਈ ਇੱਥੇ ਹੈ ਨਹੀਂ ਇੱਥੋਂ ਇੱਕ ਬੰਦਾ ਵੀ ਜਾਣਾ ਹੋਊਗਾ ਉੱਥੇ ਬਾਹਰੋਂ ਬੰਦੇ ਪੈਸੇ ਲੈ ਲੈ ਕੇ ਆਪ ਬਿਜ਼ਨਸ ਕਰ ਰਹੇ ਆ ਐਂਬੈਸੀ ਅਤੇ ਬਾਬਾ ਮਨਜੀਤ ਹੋਰ ਪਤਾ ਨਹੀਂ ਕੌਣ ਕੌਣ ਰਲੇ ਹੋਣਗੇ ਇਹਨਾਂ ਦੇ ਨਾਲ ਬਿਜ਼ਨਸ ਕਰ ਰਹੇ ਪੈਸੇ ਕਮਾ ਰਹੇ ਆ ਅਤੇ ਕਈ ਕਹਿੰਦੇ ਬੰਦੇ ਬਸ ਲਵਲਾਂ ਚੋਂ ਕਢਾਏ ਆ ਅਤੇ ਅਸੀਂ ਇੱਥੇ ਫਸੇ ਸਾਨੂੰ ਕੋਈ ਦੱਸਿਆ ਜਿਹੜਾ ਵੀ ਜਹਾਜ਼ ਇਹ ਜਿਹੜਾ ਜਹਾਜ਼ ਹੁੰਦਾ ਇਹ ਸਤਿਗੁਰੂ ਵਾਲਿਆਂ ਦਾ ਇਹਨਾਂ ਦਾ ਦਫ਼ਤਰ ਬਣਿਆ ਹੋਇਆ ਲਵਲਾਂ ਦੇ ਵਿੱਚ ਕਿ ਉਹਨਾਂ ਨੂੰ ਫੋਨ ਕੀਤਾ ਜਾਵੇ ਉਹ ਕਹਿੰਦੇ ਐਂਬੈਸੀ ਨਾਲ ਗੱਲ ਕਰੋ ਐਂਬੈਸੀ ਕਹਿੰਦੀ ਕਿ ਬਾਬੇ ਮਨਜੀਤ ਨੂੰ ਗੱਲ ਕਰੋ ਕਿ ਬਾਬਾ ਮਨਜੀਤ ਇੱਥੇ ਦਾ ਸਾਲਾ ਲੱਗਾ ਕਿ ਅਫਸਰ ਲੱਗਾ ਇੱਥੇ ਦਾ ਭੈਣ ਦਾ ਯਾਰ ਦੋ ਟਕੇ ਦਾ ਬੰਦਾ ਨਹੀਂ ਇੱਥੇ ਜਨਾਨੀਆਂ ਨਾਲ ਖੇਹ ਖਾਂਦਾ ਫਿਰਦਾ ਸਾਡੇ ਕੋਲ ਗਾਲਾਂ ਲੈਂਦਾ ਸਤਿਗੁਰੂ ਵਾਲਿਆਂ ਨਾਲ ਸਾਰਿਆਂ ਨਾਲ ਰਲੇ ਹੋਏ ਆ ਐਂਬੈਸੀ ਵੀ ਨਾਲ ਰਲੀ ਹੋਈ ਹੈ ਕੋਈ ਇਹ ਹੱਥ ਪੱਲਾ ਨਹੀਂ ਬਾਹਰੋਂ $50,000 $70,000-$80,000 ਰੁਪਏ ਦੀ ਟਿਕਟ ਦੇ ਕੇ ਫਿਰ ਬੰਦਿਆਂ ਨੂੰ ਇੰਡੀਆ ਚੜ੍ਹਾਉਂਦੇ ਸਾਰੇ ਪੈਸੇ ਖਾਣ ਵਾਲੇ ਇੱਥੇ ਬੈਠੇ ਕਿ ਅਸੀਂ ਕੱਲੂ ਨਹੀਂ ਪਰਸੋਂ ਤੱਕ ਅਸੀਂ ਕੁਝ ਆਪਣੇ ਆਪ ਨੂੰ ਕਰ ਲੈਣਾ ਅਸੀਂ ਕੁਝ ਮਰ ਗਿਆ ਇੱਥੇ ਕੋਈ ਬੰਦਾ ਐਂਬੈਸੀ ਅਤੇ ਬਾਬਾ ਮਨਜੀਤ ਜ਼ਿੰਮੇਵਾਰ ਇਹ 51 ਪਿੰਡਾਂ ਦਾ ਮਸਲਾ ਆ 51 ਬੰਦੇ ਅਸੀਂ ਹਰ ਪਿੰਡ ਦੀ 51 ਪਿੰਡਾਂ ਦਾ ਮਸਲਾ ਦੇਖੋ 51 ਪਿੰਡਾਂ ਦਾ ਕੀ ਕਿੱਦਾਂ ਹਾਲ ਹੋਊਗਾ ਉਹਨਾਂ ਦੇ ਪਰਿਵਾਰਾਂ ਦਾ ਕਿੱਦਾਂ ਪਿੱਛੇ ਹੋ ਗਏ ਜੇ ਸਾਨੂੰ ਕੁਛ ਹੋ ਗਿਆ ਬੱਚਿਆਂ ਨੂੰ ਕੌਣ ਪਾਲੂਗਾ ਕਿੱਦਾਂ ਹੋ ਕੋਈ ਇੱਥੇ ਰੋਟੀ ਨਹੀਂ ਕੋਈ ਇੱਥੇ ਪਾਣੀ ਨਹੀਂ ਸੋ ਵੀਰੇ ਧੰਨਵਾਦ ਸਾਰਿਆਂ ਦਾ ਭਈਆ ਵੀਡੀਓ ਸਾਰੇ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਵੀਰੇ ਜੇ ਹੋ ਸਕਿਆ ਸਾਰੇ ਮਦਦ ਕਰਿਓ ਮੇਰਾ ਭਰਾ ਧੰਨਵਾਦ ਵੀਰੇ ਸਾਰਿਆਂ ਦਾ ਉਹ ਦੇਖ ਲਓ ਬਾਈ ਜੇਲ੍ਹ ਦੇ ਗੇਟ ਆ ਮੁੰਡੇ ਜਿਹੜੇ ਉਹ ਖੜੇ ਨੇ ਗੇਟ ਦੇ ਉੱਪਰ ਕਿਉਂਕਿ ਇੱਥੇ ਮਤਲਬ ਕਿ ਪੁਲਿਸ ਵਾਲਿਆਂ ਦਾ ਵੀ ਪਤਾ ਕੋਈ ਨਹੀਂ ਹੈ ਵੀ ਕਦ ਪੁਲਿਸ ਵਾਲਿਆਂ ਨੇ ਆਇਆ ਠੀਕ ਹੈ ਮੁੜ ਕੇ ਫਿਰ ਪੁੱਟਣਾ ਸ਼ੁਰੂ ਕਰ ਦੇਣਾ ਭਗਵੰਤ ਮਾਨ ਤੱਕ ਜ਼ਰੂਰ ਪਹੁੰਚਾਓਗੇ ਉਹੀ ਸਾਡੀ ਬਾਂਹ ਫੜ ਸਕਦਾ ਔਰ ਕੋਈ ਨਹੀਂ ਸਾਡਾ ਹੀਲਾ ਕਰ ਸਕਦਾ ਬਾਕੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।